ਮੂਹਰੇ ਹੱਥ ਮੈਂ ਜੋੜਾਂ ਨੇੜੇ ਸੁਣ ਹੋ ਮੇਰੀ ਕਿ ਤਬੌੜ ਕਲਗੀਆਂ ਵਾਲਿਆ ਕੱਲੀ ਕੌਮ ਤਕਾਲੀ ਉੱਥੋਂ ਸ਼ੁਰੂ ਕਰ ਲੱਗੇ ਹਾਂਜੀ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਤ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿਆ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਦ ਸਭ ਕੁਝ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਕਸ਼ਮੀ ਤੋਂ ਡਲਿਆ ਵਈ ਖਾਈ ਖਰਚ ਰਹਿੰਦਾ ਲੱਖ ਚੁਰਾਸੀ ਵੇਦਨੀ ਸਭ ਸੇਵ ਕਰਨ ਦਾ ਇਹ ਬੈਰੀ ਮਿੱਤਰ ਸਭ ਕੀਤਿਆਂ ਨਹੀਂ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ਣ ਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀ ਹੈ ਜਾਂ ਤੁਦ ਪਵਨ ਅੱਜ ਪੰਥ ਨੂੰ ਤੇਰੀਆਂ ਲੋੜਾਂ ਹੁੰਦੀਆਂ ਨਾ ਦਿਸਦੀਆਂ ਪੂਰੀਆਂ ਥੋੜਾਂ
ਦਿੱਲੀ ਸਾਰੀ ਗੱਡਾ ਦਸ ਹੰਦ ਦੀਆਂ ਦੀ ਕੈਮਰ ਹੂ ਸਰਦਾਰੀ ਪੈਰ ਧਰਿਆ
ਵਿਸਾਖੀ ਦੇ ਸ਼ੁਭ ਦਿਹਾੜੇ ਤੇ ਫਿਰ ਆਈਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਹੈ। ਇਸ ਦੇ ਨਾਲ ਹੀ ਇਹ ਜਿਹੜਾ ਮਾਨਸ ਜਨਮ ਹੈ ਬੜਾ ਦੁਰਲੱਭ ਜਾਮਾ ਮਿਲਿਆ, ਜਿਹਦੇ ਵਿੱਚ ਅਸੀਂ ਪਰਮਾਤਮਾ ਦਾ ਸਿਮਰਨ ਕਰਕੇ ਉਸ ਮਾਲਕ ਦਾ ਨਾਮ ਲੈ ਕੇ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ। ਕਿਉਂਕਿ ਸਭ ਤੋਂ ਵੱਡੀ ਸਿੱਖਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਜਿਹਦਾ ਹਰ ਲਫ਼ਜ਼, ਹਰ ਸ਼ਬਦ, ਹਰ ਪੰਨਾ ਇਹ ਗਵਾਹੀ ਦਿੰਦਾ ਹੈ ਕਿ ਉਸ ਪਰਵਤਗਾਰ ਦੇ ਚਰਨਾਂ ਨਾਲ ਜੁੜ ਕੇ ਰਹੀਏ। ਔਰ ਜਿੰਨੀਆਂ ਵੀ ਸੰਗਤਾਂ, ਮੇਰੀਆਂ ਭੈਣਾਂ, ਮਾਤਾਵਾਂ, ਵੀਰ ਬਜ਼ੁਰਗ ਬੱਚੇ ਜਿੰਨੇ ਵੀ ਆਏ ਆ, ਫਿਰ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ। ਸੋ ਲਓ, ਜਿਹਨਾਂ ਖਜ਼ਾਨਿਆਂ ਵਿੱਚੋਂ ਮਾਇਆ ਆਈ ਆ, ਉਹਨਾਂ ਦਾ ਕੋਟਨ ਕੋਟ ਧੰਨਵਾਦ। ਸਾਡੇ ਸੰਧੂ ਭੈਣ ਜੀ, ਸੰਧੂ ਕਲਾਥ ਹਾਊਸ ਵੀ ਕਹਿ ਦਿੰਦੇ ਹਾਂ, ਨਾਨਕ ਕਲਾਥ ਹਾਊਸ ਵਾਲੇ ਖੜੇ ਆ, ਸਾਡੇ ਇਕਬਾਲ ਜੀ ਖੜੇ ਆ, ਔਰ ਸਾਰੀ ਪ੍ਰਬੰਧਕ ਕਮੇਟੀ, ਸਾਡੇ ਜਰਮਨ ਜੀ, ਅਮਨ ਜੀ, ਸਾਰੇ ਸਾਡੇ ਆਪਣੇ ਛੋਟੇ ਵੱਡੇ ਭਰਾ ਨੇ। ਸੋ ਸਾਰੀ ਇਸ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹਾਂ, ਗੁਰੂ ਸਾਹਿਬਾਨ ਦੀ ਇਸ ਤਰ੍ਹਾਂ ਸੇਵਾ ਕਰਦੇ ਰਹਿਣ, ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਕਈ ਵਾਰ ਬੰਦਾ ਭੁੱਲਾ ਚੁੱਕਾ ਕਰ ਲੈਂਦਾ। ਉਸ ਮਾਲਕ ਦੇ ਦਰਬਾਰ ਤੇ ਆ ਕੇ, ਉਸ ਮਾਲਕ ਦੇ ਚਰਨਾਂ 'ਚ ਆ ਕੇ ਅਸੀਂ ਦੀ ਖਿਮਾ ਮੰਗ ਸਕਦੇ ਹਾਂ। ਸੋ ਲਓ, ਪੇਸ਼ ਕਰਨ ਲੱਗੇ ਹਾਂ ਦੁਗਣਾ, ਜ਼ੁਲਮ ਦੀ ਖਾਤਰ ਉੱਠਦੀ ਹੈ ਤਲਵਾਰ ਸੂਰਮੇ ਦੀ, ਤਾਂਹੀਓ ਜੱਗ ਵਿੱਚ ਹੁੰਦੀ ਜੈ ਜੈਕਾਰ ਸੂਰਮੇ ਦੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਜਾ ਨਵਾਜਿਆ ਸਿੰਘ ਸਿੰਘ ਦੀ ਸੂਰਮਗਤੀ, ਦਲੇਰੀ, ਬਹਾਦਰੀ ਨੂੰ ਯਾਦ ਕਰਨ ਲੱਗੇ ਹਾਂ। ਕਹਿੰਦੇ ਜ਼ੁਲਮ ਦੀ ਖਾਤਰ ਉੱਠਦੀ ਹੈ ਤਲਵਾਰ ਸੂਰਮੇ ਦੀ, ਤਾਂਹੀਓ ਜੱਗ ਵਿੱਚ ਹੁੰਦੀ ਜੈ ਜੈਕਾਰ ਸੂਰਮੇ ਦੀ। ਸਾਡੀ ਸਿੱਖ ਕੌਮ ਤੇ ਜਦ ਜਦ ਵੀ ਭੀੜ ਪਈ ਹੈ, ਜਦ ਜਦ ਵੀ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂ ਉਸ ਟਾਈਮ ਸੂਰਜ ਜੋਤਿਆਂ ਦੇ ਮੂੰਹੋਂ ਸਿਰਫ ਇੱਕੋ ਹੀ ਆਵਾਜ਼ ਆਈ ਹੈ। ਕੀ ਕਹਿੰਦੇ ਹੈ? ਚੀਰ ਕੇ ਲੰਘਾ ਗਏ,
ਦੀ ਖਾਤਰ ਉੱਠਦੀ ਏ ਤਲਵਾਰ ਸਾਲ ਸਤਿਕਾਰ ਦਿੰਦਾ ਉਹਦੇ ਬਾਰੇ ਕੀ ਲਿਖਿਆ ਹੈ।
ਮੀਨੇਰੀ ਤੇ ਅੱਗ ਵਰਦੀ ਵਿੱਚ ਰੁਕਦਾ ਜੋਦਾ ਸੇਵਾ ਉਸ ਮਾਲਕ ਨੇ ਬਖਸ਼ੀ ਹੈ ਔਰ ਤੁਸੀਂ ਜਿੰਨੇ ਵੀ ਹੋਮਾ ਮਾ ਕੇ ਪਹੁੰਚੇ ਹੋ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਤੁਸੀਂ ਭਾਗਾਂ ਵਾਲੇ ਹੋ ਸੋ ਜਿਹੜੀ ਸਾਡੀ ਜੌਬ ਹੈ ਉਸ ਮਾਲਕ ਦੀ ਦਿੱਤੀ ਹੋਈ ਉਹ ਦਾਤ ਹੈ ਜਿਹਦੇ ਨਾਲ ਹਮੇਸ਼ਾ ਅਸੀਂ ਨਿਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਪ੍ਰਦੇਸਾਂ ਵਿੱਚ ਰਹਿ ਕੇ ਵੀ ਆਪਣੇ ਗੁਰੂ ਨੂੰ ਯਾਦ ਰੱਖਣਾ ਇਹ ਸਭ ਤੋਂ ਵੱਡੀ ਸਾਡੀ ਅੱਜ ਦੀ ਲੋੜ ਹੈ ਕਿਉਂਕਿ ਜਿਹੜਾ ਸਿੱਖ ਧਰਮ ਹੈ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਸਾਰਿਆਂ ਲਈ ਸਾਂਝਾ ਧਰਮ ਹੈ
ਸੋ ਇਸ ਕਰਕੇ ਆਪਣੇ ਗੁਰੂ ਦੀ ਵੱਧ ਤੋਂ ਵੱਧ ਸੇਵਾ ਕਰੋ, ਵੱਧ ਤੋਂ ਵੱਧ ਉਪਮਾ ਕਰੋ, ਉਹਨਾਂ ਦੇ ਦਿੱਤੇ ਹੋਏ ਉਪਦੇਸ਼ਾਂ ਤੇ ਚੱਲਣ ਦੀ ਵੱਧ ਤੋਂ ਵੱਧ ਆਪਾਂ ਕੋਸ਼ਿਸ਼ ਕਰੀਏ। ਸੋ ਰੱਬ ਪੇਸ਼ ਕਰਨ ਲੱਗੇ ਹਾਂ, ਦਸਮ ਪਿਤਾ ਦੇ ਸੁਣੇ ਛੋਟੇ ਛੋਟੇ ਬਾਲ ਵੇ, ਦੱਸੀ ਕਥਾ ਵਾਚਕਾ ਕਿੰਝ ਕਿੰਝ ਬੀਤੀ ਸਾਹਿਬਜ਼ਾਦਿਆਂ ਦੇ। ਇਸੇ ਤਰ੍ਹਾਂ ਭਰੇ ਦੀਵਾਨ ਦੇ ਵਿੱਚ ਇੱਕ ਬਿਰਧ ਮਾਤਾ ਬੈਠੀ ਹੈ ਜਿਹੜੀ ਕਿ ਅਨਪੜ੍ਹ ਹੈ, ਜਿਹਨੂੰ ਪੜ੍ਹਨਾ ਨਹੀਂ ਆਉਂਦਾ, ਲਿਖਣਾ ਤਾਂ ਕੀ ਆਉਣਾ। ਤੇ ਭਰੇ ਦੀਵਾਨ ਦੇ ਵਿੱਚੋਂ ਉੱਠ ਕੇ ਕਥਾ ਵਾਚਕ ਨੂੰ ਕੁਝ ਬੇਨਤੀਆਂ ਕਰਦੀ ਹੈ, ਕਹਿੰਦੀ ਦਸਮ ਪਿਤਾ ਦੇ ਸੁਣੇ ਛੋਟੇ ਛੋਟੇ ਵਾਲ ਵੇ, ਦੱਸੀ ਕਥਾ ਵਾਚਕਾ ਕਿੰਝ ਕਿੰਝ ਬੀਤੀ ਸਾਹਿਬਜ਼ਾਦਿਆਂ ਦੇ। ਨਾਲ ਵੇ ਦੋ ਵੱਡਿਆਂ ਨੇ ਲੜੀ ਚਮਕੌਰ ਗੜੀ ਜੰਗ ਜੀ, ਦੋ ਵੱਡਿਆਂ ਨੇ ਲੜੀ ਚਮਕੌਰ ਗੜੀ ਜੰਗ ਜੀ, ਛੋਟੇ ਸਾਹਿਬਜ਼ਾਦਿਆਂ ਦਾ ਕਿਵੇਂ ਮੈਂ